ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਰਾਜਕੁਮਾਰ ਹੰਸ ਨੇ ਆਪਣੇ ਗ੍ਰਹਿ ਜਲੰਧਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਮਲਕੀਤ ਕੌਰ ਪਤਨੀ ਹਰਜੀਤ ਸਿੰਘ ਨੇ ਕਮਿਸ਼ਨ ਕੋਲ ਇੱਕ ਦਰਖਾਸਤ ਦਿੱਤੀ ਹੈ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਲੋਕਡਾਊਨ ਦੀ ਵਜ੍ਹਾ ਕਰਕੇ ਇਹ ਪਰਿਵਾਰ ਆਪਣੇ ਮਕਾਨ ਮਾਲਕਾਂ ਨੂੰ ਕਰੀਬ 2 ਮਹੀਨੇ ਦਾ ਕਿਰਾਇਆ ਦੇਣ ਤੋਂ ਅਸਮਰਥ ਹੋ ਗਿਆ, ਜਿਸ ਕਾਰਨ ਇਸ ਪਰਿਵਾਰ ਦਾ ਮਕਾਨ ਮਾਲਕਾਂ ਨਾਲ ਝਗੜਾ ਹੋ ਗਿਆ ਅਤੇ ਮਕਾਨ ਮਾਲਕਾਂ ਨੇ ਇਸ ਪਰਿਵਾਰ ਦੇ ਮੈਂਬਰਾਂ ਦੀ ਮਾਰਕੁੱਟ ਕੀਤੀ। ਉਹਨਾਂ ਦੱਸਿਆ ਹੈ ਕਿ ਮਕਾਨ ਮਾਲਕਾਂ ਨੇ ਕਿਰਾਇਆ ਨਾ ਦੇਣ ਕਾਰਨ ਉਹਨਾਂ ਦਾ ਮੋਟਰਸਾਈਕਲ ਲੈ ਲਿਆ ਅਤੇ ਉਸਦੇ ਕਾਗਜ਼ ਮੰਗੇ। ਜਦੋਂ ਉਹਨਾਂ ਪੇਪਰ ਦੇਣ ਤੋਂ ਇਨਕਾਰ ਕੀਤਾ ਤਾਂ ਉਹਨਾਂ ਨੇ ਇਹਨਾਂ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਸ਼੍ਰੀ ਹੰਸ ਨੇ ਅੱਗੇ ਦੱਸਿਆ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਇਸ ਪਰਿਵਾਰ ਨੂੰ ਇਨਸਾਫ ਦੇਣ ਲਈ ਕੋਈ ਹੱਥਰਸੀ ਨਹੀਂ ਕੀਤੀ, ਪਰ ਹੁਣ ਇਹ ਮਾਮਲਾ ਕਮਿਸ਼ਨ ਦੇ ਧਿਆਨ 'ਚ ਆ ਗਿਆ। ਇਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਸੰਬੰਧੀ ਜਦੋਂ ਪੱਖ ਜਾਣਨ ਲਈ ਥਾਣਾ ਮੁਖੀ ਮੰਡੀ ਗੋਬਿੰਦਗੜ੍ਹ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਮਾਮਲੇ ਦੀ ਪੜਤਾਲ ਹੁਣ DSP ਅਮਲੋ ਕਰ ਰਹੇ ਨੇ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਸ ਸੰਬੰਧੀ ਮਕਾਨ ਮਾਲਕ ਤਰਨਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਦੇ ਪਰਿਵਾਰ 'ਤੇ ਲਗਾਏ ਦੋਸ਼ ਝੂਠੇ ਅਤੇ ਬੇਬੁਨਿਆਦ ਨੇ। ਉਹਨਾਂ ਇਹ ਵੀ ਆਖਿਆ ਕਿ ਝਗੜੇ ਦੀ ਸ਼ੁਰੂਆਤ ਕਿਰਾਏਦਾਰਾਂ ਵੱਲੋਂ ਉਹਨਾਂ ਦੇ ਦਫ਼ਤਰ ਆ ਕੇ ਖੁਦ ਆਪ ਕੀਤੀ ਗਈ ਹੈ। ਆਜ਼ਾਦ ਟੀਵੀ ਨਿਊਜ਼ ਦੇ ਲਈ ਅਮਰਗੜ੍ਹ ਤੋਂ ਕੁਲਵੰਤ ਸਿੰਘ ਮੋਹਾਲੀ ਦੀ ਰਿਪੋਰਟ। ਮਲਕੀਤ ਕੌਰ ਜੀ, ਉਹਨਾਂ ਨੂੰ ਲੜਾਈ ਝਗੜਾ ਹੋਏ ਕਿਰਾਏ 'ਤੇ ਰਹਿੰਦੇ ਤੇ ਜੀ ਅਸੀਂ, ਹਾਂਜੀ ਸਾਡੇ ਨਾਲ ਜੀ, ਅਸੀਂ 1.5 ਸਾਲ 'ਤੇ ਰਹਿੰਦੇ ਤੇ ਜੀ, ਕੱਚੇ ਸ਼ਾਂਤੀ ਨਗਰ 'ਚ। ਸਾਡੇ ਘਰ 'ਤੇ ਆ ਕੇ ਜੀ ਬਹੁਤ ਧੱਕਾ ਕਰਿਆ ਜੀ ਉਹਨਾਂ ਨੇ, ਕੁੱਟਮਾਰ ਕੀਤੀ ਜੀ ਸਾਡੀ, ਮੇਰੇ ਘਰ ਵਾਲੇ ਦੀ ਕੁੱਟਮਾਰ ਕੀਤੀ ਜੀ, ਮੇਰੇ ਬੇਟੇ ਦੀ ਕੁੱਟਮਾਰ ਕੀਤੀ ਜੀ, ਸੂਏ 'ਚ ਸਾਨੂੰ ਡਬੋ ਡਬੋ ਕੇ ਮਾਰਿਆ ਜੀ, ਬਹੁਤ ਜ਼ਿਆਦਾ ਮਾਰਿਆ ਜੀ ਸਾਨੂੰ। ਕੋਈ ਵੀ ਸਾਨੂੰ, ਅਸੀਂ ਥਾਣਿਆਂ ਤੱਕ ਵੀ ਜਾਏ ਜੀ, ਹਸਪਤਾਲਾਂ ਤੱਕ ਵੀ ਜਾਏ ਜੀ, ਫਤਿਹਗੜ੍ਹ ਸਾਹਿਬ ਤੱਕ ਵੀ ਜਾਏ ਜੀ, ਸਾਡੀ ਕੋਈ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਜੀ ਸਾਨੂੰ। ਅਸੀਂ ਤਾਂ ਜੀ ਇਹੀ ਮੰਗ ਕਰਦੇ ਹਾਂ ਜੀ ਵੀ ਸਾਡਾ ਕੋਈ ਤਾਂ ਕੋਈ ਇਨਸਾਫ ਹੋਣਾ ਚਾਹੀਦਾ ਜੀ। ਸ਼ੁਕਰਗੁਜ਼ਾਰ ਕਰਦੇ ਹਾਂ ਮੀਡੀਆ ਤੱਕ, ਅਸੀਂ ਮੀਡੀਆ ਦੇ ਰਾਹੀਂ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਸਰਕਾਰ ਤੱਕ ਅਤੇ ਪੁਲਿਸ ਦੇ ਉੱਪਰਲੇ ਅਧਿਕਾਰੀਆਂ ਤੱਕ, ਉੱਚ ਅਧਿਕਾਰੀਆਂ ਤੱਕ, ਤਾਂ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ, ਜੋ ਉਹਨਾਂ ਦੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ। ਅਸੀਂ ਕਾਨੂੰਨ 'ਤੇ ਵਿਸ਼ਵਾਸ ਰੱਖਦੇ ਹਾਂ, ਠੀਕ ਹੈ, ਇਹ ਸ਼ਾਂਤਮਈ ਬੰਦੇ ਆ, ਸਾਨੂੰ ਇਨਸਾਫ ਦਿਵਾਇਆ ਜਾਵੇ। ਮੇਰਾ ਨਾਮ ਤਰਨਜੀਤ ਸਿੰਘ ਹੈ ਜੀ। ਉਹ ਇੱਦਾਂ ਸੀਗਾ ਮਾਮਲਾ ਕਿ ਆਪਣਾ ਉਹ 1 ਘੰਟੇ ਤੋਂ ਸਾਡੀ ਦੁਕਾਨ 'ਤੇ ਆ ਕੇ ਗਾਲੀ ਗਲੋਚ ਕਰ ਰਹੇ ਸੀਗੇ, ਉਹ ਲੜਾਈ ਦੀ ਮੰਸ਼ਾ ਨਾਲ ਆਏ ਸੀਗੇ। ਉਹ ਤੋਂ ਬਾਅਦ ਜਿਸ ਟਾਈਮ ਮੈਂ ਆਇਆ 12:30 ਵਜੇ, ਉਹ ਮੇਰੇ ਗਲ ਪੈ ਗਏ। ਉਹ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ, ਲੜਾਈ ਸਿਰਫ 5 ਮਿੰਟ 'ਚ ਖਤਮ ਹੋ ਗਈ, ਜੋ ਕਿ ਵੀਡੀਓਆਂ ਵਾਇਰਲ ਹੋਈਆਂ ਨੇ ਉਹ ਕੱਟ ਵੱਢ ਕਰਕੇ ਪੇਸ਼ ਕੀਤੀਆਂ ਗਈਆਂ ਨੇ। ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ। ਅਸੀਂ ਲੋਹੇ ਦੇ ਵਪਾਰੀ ਹੋਣ ਕਰਕੇ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਕਿ ਸਾਡਾ ਇਨਸਾਫ, ਸਾਡਾ ਪੱਖ ਸੁਣਿਆ ਜਾਵੇ। ਰਾਜਕੁਮਾਰ ਹੰਸ, ਮੈਂਬਰ ਐਸਸੀ ਕਮਿਸ਼ਨ ਪੰਜਾਬ। ਅੱਜ ਮੇਰੇ ਕੋਲ ਮਲਕੀਤ ਕੌਰ ਪਤਨੀ ਹਰਜੀਤ ਸਿੰਘ, ਮੰਡੀ ਗੋਬਿੰਦਗੜ੍ਹ ਤਹਿਸੀਲ ਅਮਲੋਹ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ, ਮੇਰੇ ਕੋਲ ਇੱਕ ਦਰਖਾਸਤ ਲੈ ਕੇ ਆਏ ਨੇ ਕਿ ਪਿਛਲੇ ਲਗਭਗ 1.5-2 ਸਾਲਾਂ ਤੋਂ ਇਹ ਇੱਕ ਮਕਾਨ 'ਚ ਕਿਰਾਏ 'ਤੇ ਰਹਿ ਰਹੇ ਨੇ ਔਰ ਲਗਾਤਾਰ ਹਰ ਮਹੀਨੇ ਆਪਣੇ ਮਕਾਨ ਮਾਲਕਾਂ ਨੂੰ ਇਹ ਕਿਰਾਇਆ ਹਰ ਮਹੀਨੇ ਲਗਾਤਾਰ ਦੇ ਰਹੇ ਨੇ, ਬਿਜਲੀ ਦਾ ਬਿੱਲ ਦੇ ਰਹੇ ਨੇ। ਪਰ ਪਿਛਲੇ ਸਮੇਂ ਪੂਰੀ ਦੁਨੀਆ ਵਿੱਚ ਜਿਹੜੀ ਇਹ ਮਹਾਂਮਾਰੀ ਫੈਲੀ ਹੈ, ਲੋਕਡਾਊਨ ਹੋਇਆ ਹੈ, ਉਸ ਕਰਕੇ ਮਿਹਨਤ ਮਜ਼ਦੂਰੀ ਨਹੀਂ ਕਰ ਪਾਏ ਅਤੇ ਪਿਛਲੇ 2 ਮਹੀਨਿਆਂ ਤੋਂ ਇਹ ਆਪਣੇ ਮਕਾਨ ਦਾ ਕਿਰਾਇਆ ਨਹੀਂ ਦੇ ਪਾਏ, ਜਿਸ ਕਰਕੇ ਇਹਨਾਂ ਦੇ ਮਕਾਨ ਦੇ ਜੋ ਮਾਲਕ ਨੇ ਉਹਨਾਂ ਨੇ ਇਹਨਾਂ ਦੇ ਘਰਾਂ ਦਾ ਸਮਾਨ ਕੱਢ ਕੇ ਬਾਹਰ ਸੁੱਟਿਆ ਅਤੇ ਲਗਭਗ 13/6/2020 ਨੂੰ ਇਹਨਾਂ ਦੇ ਪਤੀ ਅਤੇ ਇਹਨਾਂ ਦੇ ਨਾਲ ਮਲਕੀਤ ਕੌਰ ਦੇ ਨਾਲ ਉਹਨਾਂ ਨੇ ਪਬਲਿਕਲੀ ਕੁੱਟਮਾਰ ਕੀਤੀ ਅਤੇ ਪਾਣੀ ਵਿੱਚ ਡੁਬੋ ਡੁਬੋ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਅੱਜ ਇਹ ਬੜੇ ਹੀ ਦੁਖੀ ਮਨ ਦੇ ਨਾਲ ਮੇਰੇ ਕੋਲ ਇਹ ਜਲੰਧਰ ਪਹੁੰਚੇ ਨੇ ਤਾਂ ਮੈਂ ਇਸ ਗੱਲ ਨੂੰ ਬੜੀ ਹੀ ਗੰਭੀਰਤਾ ਨਾਲ ਲੈਂਦੇ ਹੋਏ ਇਸ ਘਟਨਾ ਬਾਰੇ ਆਪਣੀ ਐਸਸੀ ਕਮਿਸ਼ਨ ਦੇ ਚੇਅਰਪਰਸਨ ਮੈਡਮ ਤੇਜਿੰਦਰ ਕੌਰ ਜੀ, ਰਿਟਾਇਰਡ IAS ਆਫਿਸਰ, ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਏਗੀ। ਬ੍ਰਦਰ, ਅਸੀਂ ਅਮਰਿੰਦਰ ਸਿੰਘ ਦੇ ਬਿਆਨ 'ਤੇ, ਅਮਰਿੰਦਰ ਸਿੰਘ ਉਰਫ ਲੱਡੂ ਦੇ ਬਿਆਨ 'ਤੇ FIR ਲੌਂਚ ਕਰਤੀ ਸੀਗੀ। ਇਹ FIR ਨੰਬਰ ਹੈ 175 ਅਤੇ ਅੰਡਰ ਸੈਕਸ਼ਨ 323, 341, 506, 148, 149 ਡਿਫਰੈਂਟ ਸੈਕਸ਼ਨ 'ਚ ਥਾਣੇ ਦੇ ਵਿੱਚ। ਇਹ ਤਰਨਜੀਤ ਸਿੰਘ, ਅਮਰਿੰਦਰ ਸਿੰਘ, ਮਨਜੀਤ ਸਿੰਘ ਅਤੇ ਉਹ ਨਾਮ ਲੂਮ ਨੇ 3-4 ਬੰਦੇ, ਇਹਨਾਂ ਦੇ ਹੋਈ ਹੈ।
ਅਤੇ ਦੇਖੋ ਇੱਕ ਤਾਂ ਹੁੰਦੀ ਵੀ ਅੰਮ੍ਰਿਤਧਾਰੀ ਬੰਦੇ ਨੂੰ ਉਸ ਫੀਲਿੰਗ ਦੇ ਨਾਲ ਉਹਦੇ ਨਾਲ ਲੜਾਈ ਕਰੇ, ਕੋਈ ਮਿਸਯੂਜ਼ ਕਰੇ ਧਰਮ ਨੂੰ ਲੈ ਕੇ, ਉਹ ਕਰੇ ਤਾਂ ਉਸ ਮੁਤਾਬਕ ਕਰ। ਇਹ ਤਾਂ ਆਪਣੀ ਉਹਨਾਂ ਦੀ ਕਿਰਾਏ ਦੀ ਲੜਾਈ ਸੀਗੀ, ਉਹ ਠੀਕ ਆ, ਉਹਨੇ ਅੰਮ੍ਰਿਤਧਾਰੀ ਨੇ ਲੜਾਈ ਕੀਤੀ ਆ, ਆਪਾਂ ਇਹ ਥੋੜ੍ਹੀ ਕਹਾਂਗੇ ਵੀ ਉਹਦੇ 'ਚ ਉਹ ਆ, ਬਟ ਜੋ ਉਹਨਾਂ ਨੇ ਉਹਦੀ ਕੀ ਕਰੀ, ਜਿੱਦਾਂ ਜੋ ਕੀਤਾ, ਉਹਦੇ ਖਿਲਾਫ਼ ਜੀ FIR ਦਰਜ ਕਰਤੀ। ਉਹ ਤਾਂ ਮੈਟਰ ਦੇਖੋ ਸਾਡੀ ਨੌਲੇਜ 'ਚ ਹੈ ਨਹੀਂ ਸੀ, ਉਹਨਾਂ ਨੇ ਆਪਣੇ ਤੌਰ 'ਤੇ ਇਹਨਾਂ ਦਾ ਆਪਸੀ ਸੀਗਾ, ਇਹ ਕਹਿੰਦੇ ਸੀ ਕਿਰਾਇਆ ਦੇਣਾ ਹੈ, ਆਪਣਾ ਮੋਟਰਸਾਈਕਲ ਖੜਾਇਆ ਹੈ, ਆਪਸੀ ਉਹ ਸਾਡੀ ਨੌਲੇਜ ਤੋਂ ਬਾਹਰ ਸੀਗਾ, ਨਾ ਹੀ ਸਾਨੂੰ ਇਹਦੇ ਬਾਰੇ ਇਲਮ ਸੀਗਾ। ਸਾਨੂੰ ਤਾਂ ਲੜਾਈ 'ਚ ਹੀ ਪਤਾ ਲੱਗਿਆ ਵੀ ਅਸਲੀ ਇਹਨਾਂ ਦਾ ਜਿਹੜਾ ਪੁਆੜੇ ਦੀ ਜੜ ਕਿਰਾਇਆ ਕੋਈ ਮਕਾਨ ਦਾ, ਇਹਨਾਂ ਦਾ ਮੋਟਰਸਾਈਕਲ ਖੜਾ ਸੀ, ਉਹ ਇਹਨਾਂ ਨੂੰ ਕਿਰਾਇਆ ਲੈਣਾ ਚਾਹੁੰਦੇ ਸੀ ਆਪਦੇ ਵਿੱਚ। ਇਹ ਵੀ ਪਹਿਲਾਂ ਉਹਨਾਂ ਦੇ ਦਫ਼ਤਰ ਜਾ ਕੇ ਤੂੰ ਤੂੰ ਐਵੇਂ ਕਰਕੇ ਆਏ, ਖਿੱਚ ਤੂੰ ਕਰਕੇ ਆਇਆ, ਉਹਨਾਂ ਕੋਲ ਵੀ ਵੀਡੀਓ ਹੈਗੀ ਆ, ਰਿਕਾਰਡ ਹੈਗਾ ਦਫ਼ਤਰ 'ਚ, ਅਤੇ ਹੋਰ ਬੰਦੇ ਵੀ ਇਹਨਾਂ ਨਾਲ ਕਾਫੀ ਕੁਛ, ਉਹ ਦਰਖਾਸਤ ਦੀ ਪੜਤਾਲ ਵੀ ਮੈਂ ਕਰ ਰਿਹਾ, ਉਹ ਕਾਫੀ ਲੰਮੀ ਚੌੜੀ ਡਿਟੇਲ ਸਾਨੂੰ ਦੇ ਕੇ ਗਏ ਨੇ ਵੀ ਪਹਿਲਾਂ ਇਹਨਾਂ ਨੇ ਵੀ ਦੇਖੀ ਕੀਤੀ ਆ, ਬਾਅਦ ਦੇ ਵਿੱਚ ਇਹਨਾਂ ਨੇ ਕੀਤੀ ਆ। ਪਹਿਲੀ ਗੱਲ ਆ, ਜਿਹੜਾ ਬੰਦਾ ਕੋਈ ਬਿਆਨ ਦਿੰਦਾ ਬਕਾਇਦਾ ਆ ਮੈਸੇਜ ਹੈਗਾ, ਰੁਕਾ ਹੈਗਾ, ਉਹਦੇ ਸਿਗਨੇਚਰ ਨੇ, ਇੱਦਾਂ ਕੋਈ ਅਨਪੜ੍ਹ ਬੰਦਾ ਤਾਂ ਹੈ ਨਹੀਂ। ਜਦੋਂ ਸਾਈਨ ਕੀਤੇ ਨੇ ਉਹਨਾਂ ਨੇ ਬਕਾਇਦਾ ਸਿਗਨੇਚਰ ਕਰਕੇ ਫੜ ਕੇ ਅਗਲਾ ਸਾਈਨ ਕੀਤੇ ਨੇ। ਅਗਲੀ ਗੱਲ ਇਹਦੇ ਸੰਬੰਧ ਮੇਰੀ ਡਿਊਟੀ ਸਾਹਿਬ ਨਾਲ ਗੱਲ ਹੋਈ ਆ, DSP ਸਾਹਿਬ ਉਹਨਾਂ ਦੀ ਕੰਪਲੇਂਟ ਦੇ ਰਿਗਾਰਡਿੰਗ ਇਨਕੁਆਇਰੀ ਕਰ ਰਹੇ ਹੋ, ਉਹ 5-7 ਦਿਨ ਹਫ਼ਤੇ 'ਚ ਇਨਕੁਆਇਰੀ ਕਲੀਅਰ ਹੋ ਜਾਏਗੀ। ਜੇਕਰ ਕੋਈ ਜੁਰਮ ਦਾ ਵਾਧਾ ਹੋਇਆ ਤਾਂ ਡਿਊਟੀ ਸਾਹਿਬ ਨੇ ਕਰ ਦੇਣੀ ਆ,